ਗਾਂਧੀ ਦੇ ਵਿਰੋਧ ਦੇ ਵਿੱਚ ਟਕਸਾਲੀ ਕਾਂਗਰਸੀ ਇਕੱਠੇ ਹੋਣ ਜਾ ਰਹੇ ਨੇ ਅਤੇ 20 ਅਪ੍ਰੈਲ ਨੂੰ ਇਕੱਠ ਹੋਵੇਗਾ। ਕੋਈ ਮਹਿਫਲ ਸਮਥਿੰਗ, ਕੋਈ ਹੋਟਲ ਹੈਗਾ, ਕੋਈ ਰਿਜੋਰਟ ਹੈਗਾ ਉੱਥੇ ਰਾਜਪੁਰੇ ਦੇ ਕੋਲ, ਕਹਿੰਦਾ 10 ਵਜੇ ਪਹੁੰਚੋ ਸਾਰੇ ਕਾਂਗਰਸੀ, ਜਿਹੜੇ ਕਾਂਗਰਸ ਦੇ ਹਿਤੈਸੀ ਲੋਕ ਨੇ, ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਆ ਉਹ ਲੋਕ ਨੇ, ਉਹ ਇੱਥੇ ਆਓ ਜੀ। ਮੈਂ ਪੁੱਛਿਆ ਲਾਲ ਸਿੰਘ ਨੂੰ ਵੀ ਲਾਲ ਸਿੰਘ ਜੀ ਤੁਸੀਂ ਇੱਥੇ ਗਾਂਧੀ ਨੂੰ ਬੁਲਾਇਆ? ਕਹਿੰਦੇ ਗਾਂਧੀ ਸਾਡਾ ਕੋਈ ਤਰਕ ਨਹੀਂ ਹੈ ਉਹਦੇ ਨਾਲ, ਸਾਡਾ ਉਹਦੇ ਨਾਲ ਗਾਂਧੀ ਨਾਲ ਕੋਈ ਤਰਕ ਨਹੀਂ ਹੈਗਾ। ਗਾਂਧੀ ਦੇ ਖਿਲਾਫ਼ ਕਾਫ਼ੀ ਬਗਾਵਤ ਖੜੀ ਕਰਨ ਵਿੱਚ ਲਾਲ ਸਿੰਘ ਦਾ ਖੇਮਾ ਕਾਮਯਾਬੀ ਵੱਲ ਵੱਧ ਰਿਹਾ। ਡਾਕਟਰ ਗਾਂਧੀ ਦੇ ਵਿਰੋਧ ਦੇ ਵਿੱਚ ਟਕਸਾਲੀ ਕਾਂਗਰਸੀ ਇਕੱਠੇ ਹੋਣ ਜਾ ਰਹੇ ਨੇ ਅਤੇ 20 ਅਪ੍ਰੈਲ ਨੂੰ ਇਕੱਠ ਹੋਵੇਗਾ। 20 ਅਪ੍ਰੈਲ ਨੂੰ ਡਾਕਟਰ ਗਾਂਧੀ ਦੇ ਖਿਲਾਫ਼ ਇਕੱਠ ਹੋਣ ਜਾ ਰਿਹਾ ਜੀ। ਇਕੱਠ ਕੌਣ ਕਰ ਰਿਹਾ? ਲਾਲ ਸਿੰਘ ਹੈਗੇ ਨੇ ਸਾਬਕਾ ਮੰਤਰੀ, ਵੈਸੇ ਤਾਂ ਬਜ਼ੁਰਗ ਹੋ ਚੁੱਕੇ ਨੇ ਹੁਣ ਉਹ, ਅਤੇ ਪਰ ਕਹਿੰਦੇ ਨੇ ਬਜ਼ੁਰਗ, ਮੈਂ ਤਾਂ ਕਹਿੰਦਾ ਐਨ ਘੋੜੇ ਵਰਗਾ ਫਿਰਦਾ, ਕੁਰਸੀ ਜਵਾਨ ਰੱਖਦੀ ਹੈ ਜੀ ਬੰਦੇ ਨੂੰ, ਮੈਂ ਤਾਂ ਠੀਕ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਉਹ ਵੈਸੇ ਉਹਨਾਂ ਦਾ ਪ੍ਰੋਬਲਮ ਆ ਚੁੱਕੀ ਸੀ ਪਹਿਲਾਂ, ਸਰੀਰ ਸਿਹਤ ਦੇ ਵਿੱਚ ਕਾਫੀ ਪ੍ਰੋਬਲਮ ਆ ਚੁੱਕੀ ਸੀਗੀ। ਉਹਨਾਂ ਦਾ ਮੈਸੇਜ ਆਇਆ ਕੱਲ੍ਹ, ਕਹਿੰਦੇ ਵੀ 20 ਤਰੀਕ ਨੂੰ ਕੋਈ ਮਹਿਫਲ ਸਮਥਿੰਗ, ਕੋਈ ਹੋਟਲ ਹੈਗਾ, ਕੋਈ ਰਿਜੋਰਟ ਹੈਗਾ ਉੱਥੇ ਰਾਜਪੁਰੇ ਦੇ ਕੋਲ, ਕਹਿੰਦਾ 10 ਵਜੇ ਪਹੁੰਚੋ ਸਾਰੇ ਕਾਂਗਰਸੀ, ਜਿਹੜੇ ਕਾਂਗਰਸ ਦੇ ਹਿਤੈਸੀ ਲੋਕ ਨੇ, ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਆ ਉਹ ਲੋਕ ਨੇ, ਉਹ ਇੱਥੇ ਆਓ ਜੀ, ਅਸੀਂ ਇਕੱਠ ਕਰਾਂਗੇ। ਮੈਂ ਪੁੱਛਿਆ ਲਾਲ ਸਿੰਘ ਨੂੰ ਵੀ ਲਾਲ ਸਿੰਘ ਜੀ ਤੁਸੀਂ ਇੱਥੇ ਗਾਂਧੀ ਨੂੰ ਬੁਲਾਇਆ? ਕਹਿੰਦੇ ਗਾਂਧੀ ਸਾਡਾ ਕੋਈ ਤਰਕ ਨਹੀਂ ਹੈ ਉਹਦੇ ਨਾਲ, ਸਾਡਾ ਉਹਦੇ ਨਾਲ ਗਾਂਧੀ ਨਾਲ ਕੋਈ ਤਰਕ ਨਹੀਂ ਹੈਗਾ। ਮੈਂ ਕਿਹਾ ਜੀ ਫਿਰ ਉਹ ਆਪਣਾ ਤੁਸੀਂ ਇਹ ਕਿਵੇਂ ਇਕੱਠ? ਕਹਿੰਦਾ ਇਕੱਠ ਕਰਾਂਗੇ, ਅਸੀਂ ਸਾਰਿਆਂ ਨੂੰ ਪੁੱਛਾਂਗੇ ਵੀ ਅੱਗੇ ਕਰਨਾ ਕੀ ਆ, ਅੱਗੇ ਕਿਹੜਾ ਗੱਲ ਕਰ ਰਹੀ ਹਾਂ। ਅਤੇ ਉਸੇ ਗੱਲ ਪੁੱਛਿਆ ਹਰਦਾਲ ਸਿੰਘ ਕੰਬੋਜ ਨੂੰ, ਮੈਂ ਕੰਬੋਜ ਸਾਹਿਬ ਕੀ ਚੱਲ ਰਿਹਾ? ਕਹਿੰਦਾ ਬਸ ਜੀ ਲੋਕ ਫੈਸਲਾ ਕਰਨਗੇ ਜੀ, ਹੁਣ 20 ਤਰੀਕ ਨੂੰ ਲੋਕਾਂ ਨੇ ਫੈਸਲਾ ਕਰਨਾ ਜੀ। ਹੁਣ ਲੀਡਰ ਤੁਸੀਂ ਹੋ, ਫੈਸਲਾ ਲੋਕ ਕਰਨ, ਇਹ ਕਿਤੇ ਹੋ ਸਕਦਾ? ਬਿਲਕੁਲ ਜੀ, ਲੀਡਰ ਤੁਸੀਂ ਹੋ, ਲੀਡਰ ਹਰਦਾਲ ਸਿੰਘ ਕੰਬੋਜ ਹੈ, ਲੀਡਰ ਮਦਨ ਲਾਲ ਜਲਾਲਪੁਰ ਹੈ, ਵੈਸੇ ਮਦਨ ਲਾਲ ਜਲਾਲਪੁਰ ਨੇ ਕੱਲ੍ਹ ਫੋਨ ਨਹੀਂ ਚੱਕਿਆ ਮੇਰਾ, ਉਹਦੇ ਪੀਏ ਨੇ ਚੱਕਿਆ ਸੀ, ਪੁੱਛਿਆ ਜੀ ਭਰਾਵਾ ਐਂ ਕਰਕੇ ਐਂ ਗੱਲ ਆ। ਕੱਲ੍ਹ ਮੈਂ ਰਾਜਾ ਬੜਿੰਗ ਨੂੰ, ਅੱਗੇ ਰਾਜਾ ਬੜਿੰਗ ਨੂੰ ਫੋਨ ਚੱਕ ਲਿਆ ਮੇਰਾ, ਕੱਲ੍ਹ ਰਾਜਾ ਬੜਿੰਗ ਨੂੰ ਫੋਨ ਕੀਤਾ ਮੈਂ, ਪਤਾ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਗੱਲ ਇਹੀ ਕਰਨੀ ਉਹਨੇ, ਅਤੇ ਉਹਨੇ ਕੱਲ੍ਹ ਫੋਨ ਨਹੀਂ ਚੱਕਿਆ, ਫੋਨ ਕੱਟੀ ਗਿਆ ਮੇਰਾ, ਕੱਟੀ ਗਿਆ ਰਾਜਾ ਬੜਿੰਗ ਹੋਣੀ। ਫਿਰ ਗੱਲ ਕੀਤੀ ਮੈਂ ਦਵਿੰਦਰ ਯਾਦਵ ਨਾਲ, ਉਹਦੇ ਪੀਏ ਨੇ ਫੋਨ ਚੱਕ ਲਿਆ, ਉਹਦਾ ਪੀਏ ਕਹਿੰਦਾ ਬਈ ਇਹ ਤੋਂ ਅਕੀਦਾ ਜੀ ਆਪ ਪ੍ਰੈਜੀਡੈਂਟ ਸੇ ਪੁੱਛੇ ਨਾ, ਪ੍ਰੈਜੀਡੈਂਟ ਤਾਂ ਮੈਂ ਤੁਹਾਡਾ ਫੋਨ ਨਹੀਂ ਚੱਕ ਰਿਹਾ। ਉਹਨੂੰ ਕੀ ਪੁੱਛੀਏ, ਤੁਹਾਡੀ ਬਗਾਵਤ ਹੋ ਰਹੀ ਹੈ ਤੁਹਾਡੇ ਪਟਿਆਲੇ ਦੇ ਵਿੱਚ, ਤੁਸੀਂ ਦਾ ਕੀ ਹੱਲ ਲੱਭ ਰਹੇ ਹੋ? ਇਹ ਤੋਂ ਹਮ ਕਿਆ ਬਤਾਏ ਜੀ ਆਪਕੋ, ਵੀ ਤੁਹਾਡੇ ਪਟਿਆਲੇ ਵੀ ਸ਼ਰਿਆਂ ਬਗਾਵਤ ਕਰਨ ਲੱਗੇ ਹੋਏ ਆ ਕਾਂਗਰਸੀ। ਅੱਛਾ ਜਿਹੜੀ ਗੱਲ ਮੈਂ ਕੀਤੀ ਉਹਦੇ ਨਾਲ ਗੁਰਸ਼ਰਨ ਕੌਰ ਰੰਧਾਵਾ, ਉਹ ਵੀ ਟਿਕਟ ਦੇ ਦਾਅਵੇਦਾਰ ਸੀਗੀ ਪਟਿਆਲੇ ਤੋਂ, ਜਿਹੜੀ ਕਿ ਮਹਿਲਾ ਯੂਥ ਕਾਂਗਰਸ ਦੀ ਪ੍ਰਧਾਨ ਨਾ, ਮਹਿਲਾ ਕਾਂਗਰਸ ਦੀ ਪ੍ਰਧਾਨ ਆ ਪੰਜਾਬ ਦੀ, ਅਤੇ ਗੁਰਸ਼ਰਨ ਕੌਰ ਰੰਧਾਵਾ, ਉਹਨੂੰ ਪੁੱਛਿਆ ਮੈਂ, ਅਤੇ ਉਹਨੂੰ ਪੁੱਛਿਆ, ਉਹ ਕਹਿੰਦੀ ਆਪਣਾ ਜੀ ਵੀ ਅਸੀਂ ਤਾਂ ਕੁਛ ਕਹਿਣਾ ਨਹੀਂ ਚਾਹੁੰਦੇ ਜੀ ਇਸ ਤਰ੍ਹਾਂ ਜੀ ਕਾਂਗਰਸ ਦੇ ਨਾਲ ਜੀ, ਪਰ ਛੱਡ ਸਕਦੇ ਨਹੀਂ ਸੀ ਇਹਨਾਂ ਨੂੰ ਵੀ, ਕਿਉਂਕਿ ਇਹ ਵੀ ਸਾਡੇ ਪੁਰਾਣੇ ਸਾਥੀ ਨੇ ਜੀ, ਕੁੰਡੀ ਅੜ ਗਈ ਨਾ ਜੀ। ਅਤੇ ਡਾਕਟਰ ਗਾਂਧੀ ਦੇ ਨਾਲ ਦਲਵੀਰ ਸਿੰਘ ਖੜ੍ਹੇ ਨੇ, ਦਰਬਾਰਾ ਸਿੰਘ ਖੜ੍ਹੇ ਨੇ ਸਤਰਾਣੇ ਵਾਲੇ, ਉਹ ਨਾਲ ਖੜ੍ਹੇ ਨੇ, ਇੰਚਾਰਜ ਖੜ੍ਹੇ ਨੇ। ਡਾਕਟਰ ਗਾਂਧੀ ਨਾਲ ਹੈਰੀਮਾਨ ਖੜ੍ਹੇ ਨੇ ਸਨੌਰ ਵਾਲੇ, ਅਤੇ ਹੁਣ ਇਹ ਡਾਕਟਰ ਗਾਂਧੀ ਨਾਲ ਖੜ੍ਹੇ ਨੇ। ਬਾਕੀ ਡਾਕਟਰ ਗਾਂਧੀ ਦੇ ਖਿਲਾਫ਼ ਕਾਫ਼ੀ ਬਗਾਵਤ ਖੜ੍ਹੀ ਕਰਨ ਵਿੱਚ ਲਾਲ ਸਿੰਘ ਦਾ ਖੇਮਾ ਕਾਮਯਾਬੀ ਵੱਲ ਵੱਧ ਰਿਹਾ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ,
ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।